18 ਸਾਲ ਦੇ ਨੌਜਵਾਨ ਦਾ ਪਿੰਡ ਦੇ ਵਿੱਚ ਦਿਨ ਦਿਹਾੜੇ ਹੀ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਏ ਮੁਕਤਸਰ ਸਾਹਿਬ ਦੇ ਪਿੰਡ ਤਾਨਕੋਟ ਤੋਂ, ਜਿੱਥੇ ਕਿ ਮ੍ਰਿਤਕ ਦੇ ਪਿਤਾ ਨੇ ਪਿੰਡ ਦੇ ਹੀ ਕੁਛ ਨੌਜਵਾਨਾਂ 'ਤੇ ਇਲਜ਼ਾਮ ਲਗਾਏ ਨੇ ਕਿ ਪਿੰਡ ਦੇ ਨੌਜਵਾਨਾਂ ਨੇ ਅੱਜ ਕਾਫੀ ਜ਼ਿਆਦਾ ਟਕਰਾਅ ਵੱਧ ਜਾਣ ਦੇ ਕਾਰਨ ਉਸਦੇ ਬੇਟੇ ਦਾ ਕਤਲ ਕਰ ਦਿੱਤਾ ਹੈ ਅਤੇ ਇਹ ਕਤਲ ਪੁਰਾਣੀ ਰੰਜਿਸ਼ ਦੇ ਤਹਿਤ ਕੀਤਾ ਗਿਆ ਹੈ, ਕਿਉਂਕਿ ਉਸਦੇ ਬੇਟੇ ਦਾ ਤਕਰੀਬਨ 1.5 ਸਾਲ ਪਹਿਲਾਂ ਨੌਜਵਾਨਾਂ ਦੇ ਨਾਲ ਆਪਸੀ ਟਕਰਾਅ ਹੋਇਆ ਸੀ ਅਤੇ ਅੱਜ ਵੀ ਕਾਫੀ ਟਕਰਾਅ ਹੋ ਜਾਣ ਤੋਂ ਬਾਅਦ ਨੌਜਵਾਨਾਂ ਨੇ ਉਸਦੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪਿਤਾ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਨਾਲ ਹੀ ਪਰਿਵਾਰਕ ਰਿਸ਼ਤੇਦਾਰਾਂ ਨੇ ਵੀ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਆਖਿਆ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮਾਮਲਾ ਸਰ ਇਹ ਹੋਇਆ ਜੀ, ਆਪਣਾ ਨਾ ਬੇਟਾ ਸੀਗਾ 16-17 ਸਾਲ ਦਾ, ਅਤੇ ਕੋਈ ਝੋਨੇ ਦੀ ਨਾ ਅੱਜ ਤੋਂ ਪਹਿਲਾਂ 2-3 ਸਾਲ ਪਹਿਲਾਂ ਕੋਈ ਰੰਜਿਸ਼ ਸੀਗੀ ਮਾੜੀ ਮੋਟੀ, ਉਸ ਦੀ ਰੰਜਿਸ਼ ਦੇ ਨਾਲ ਹੀ ਇਹ ਬੇਰਹਿਮੀ ਨਾਲ ਮੇਰੇ ਬੱਚੇ ਦਾ ਕਤਲ ਹੋਇਆ। ਕਿੰਨਾ ਵੱਲੋਂ ਕੀਤਾ ਗਿਆ, ਕੀ ਕਾਰਨ? ਸਾਡੇ ਪਿੰਡ ਦੇ ਹੀ ਆ ਬੰਦੇ ਜੀ, ਕੋਈ ਉਹੀ ਮਾੜਾ ਮੋਟਾ ਚੱਕਰ ਨਾਲ ਹੀ ਕਰਤਾ ਉਹਨਾਂ ਨੇ ਜੋ ਕਰਤਾ। ਤੁਹਾਨੂੰ ਕਿਵੇਂ ਪਤਾ ਲੱਗਿਆ ਕਤਲ ਹੋਇਆ ਕਿ ਕੀ ਕਾਹਦੇ ਨਾਲ? ਮਤਲਬ ਸਾਨੂੰ ਇਹ ਪਤਾ ਲੱਗਿਆ ਜੀ, ਉਹ ਮਾਲ ਝਾੜਦਾ ਭੇਡਾਂ ਬੱਕਰੀਆਂ, ਅਸੀਂ ਜਦੋਂ ਮਾਲ ਘਰ ਆ ਗਿਆ ਅਤੇ ਉਹ ਮਾਲ ਮੈਂ ਵੇਖਣ ਲੱਗ ਪਈ, ਮਾਲ ਤਾਂ ਪਿੱਛੇ ਤਾੜ ਦੇ ਨੇ ਵਾੜੀ 'ਚ ਅਤੇ ਮਾਲ ਘਰੇ ਗਾ ਤੋਂ ਆ ਗਿਆ, ਉਹ ਜਦੋਂ ਮੈਂ ਮਾਲ ਮਗਰ ਗਿਆ, ਮਾਲ ਤਾਂ ਮੇਰੇ ਤੋਂ ਹੋਰ ਹੀ ਨਹੀਂ ਕਿਸੇ ਨੇ ਰਾਹ 'ਚ ਫੜ ਲਿਆ, ਤੋ ਮੈਂ ਗਾਂ ਲੜਦਿਆਂ ਨੂੰ ਵੇਖ ਕੇ ਅਤੇ ਗਾਂ ਛਦਾਉਣ ਜਾ ਰਿਹਾ, ਉਹ ਮੇਰੇ ਜਾਂਦੇ ਨੂੰ ਢਾਈ ਬੈਠੀ ਸੀਗੀ। ਕਾਹਦੇ ਨਾਲ ਮਾਰਿਆ, ਕੋਈ ਪਤਾ ਲੱਗਿਆ? ਮੈਂ ਤਾਂ ਜੀ ਸਰਗੇ ਸਿਰਗੇ ਜੇ ਵੇਖੇ ਉਹਨਾਂ ਦੇ ਹੱਥਾਂ 'ਚ, ਹੋਰ ਨਹੀਂ ਕੋਈ ਵੇਖਿਆ। ਕੀ ਮੰਗ ਕਰਦੇ? ਉਹ ਇੱਕ ਆਪਣੀ ਹੁੰਦੀ ਉਹ ਜਿਹੜੀ ਉਹ ਸਰਗੇ ਜਾਂ ਮੋੜਦੀ ਜਿਹੜੀ, ਕੀ ਮੰਗ ਕਰਦੇ? ਮੰਗ ਅਸੀਂ ਤਾਂ ਇਨਸਾਫ ਕਰਦੇ ਜੀ, ਸਾਡਾ ਜਿਵੇਂ ਪੁੱਤ ਨੂੰ ਮੰਨ ਲਾ ਚਾਹੀ ਉਵੇਂ ਅਗਲਿਆਂ ਨੂੰ ਵੀ ਆਵੇ। ਕਿੰਨੇ ਭੈਣ ਭਰਾ ਸੀ? ਉਹ 3 ਭੈਣ ਭਰਾ ਸੀ। ਤੇ ਇਹ ਜਿਹੜਾ ਕਸ਼ਮੀਰ ਸਿੰਘ ਹੈ, ਇਹ ਮੇਰਾ ਭਾਣਜਾ ਹੈ, ਭਾਣਜੇ ਦਾ ਮਤਲਬ ਬੇਟਾ ਸੀ। ਇਹ ਮਤਲਬ ਪਿੰਡ ਦੇ ਵਿੱਚ ਕੋਈ ਪਿਛਲੀ ਕੋਈ 2-3 ਸਾਲਾਂ ਦੀ ਰੰਜਿਸ਼ ਸੀਗੀ, ਉਹਦੇ ਕਾਰਨ ਕੱਲ੍ਹ 7:30 ਵਜੇ ਉਹਨੂੰ ਰੋਕ ਕੇ ਬੇਰਹਿਮੀ ਦੇ ਨਾਲ ਉਹਦਾ ਕਤਲ ਕਰਿਆ। ਕਿੰਨੇ ਵਿਅਕਤੀ ਸੀ ਜਿਹਨਾਂ ਵੱਲੋਂ ਕਤਲ ਕੀਤਾ ਗਿਆ? ਉਹ ਲਗਭਗ ਮਤਲਬ 5-6 ਤਾਂ ਪਰਿਵਾਰ ਦੇ ਸੀਗੇ, ਕੁਛ ਅਣਪਛਾਤੇ ਜਾਂ 10-11 ਬੰਦੇ ਸੀ। ਕਿੱਥੋਂ ਦੇ ਰਹਿਣ ਵਾਲੇ ਸੀ? ਉਹ ਪਿੰਡ ਤਾਮਕੋਟ ਦੇ। ਕੀ ਮੰਗ ਕਰਦੇ? ਮੰਗ ਇਹ ਪ੍ਰਸ਼ਾਸਨ ਤੋਂ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਉਧਰ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਇਸ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਲੜਕੇ ਦੀ ਡੈਥ ਹੋਈ ਵੀ ਆ ਅਤੇ ਸਿਵਲ ਹਸਪਤਾਲ ਵਿੱਚ ਮੋਰਚੇ 'ਚ ਡੈੱਡ ਬੋਡੀ ਪਈ ਆ, ਇੱਥੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਆ। ਇਹ ਲੜਕੇ ਦੇ ਪਿਤਾ ਦੀ ਸਟੇਟਮੈਂਟ ਲੈ ਕੇ BNSS ਤਹਿਤ ਇਹਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਆ ਅਤੇ ਪੋਸਟਮਾਰਟਮ ਰਿਪੋਰਟ ਆਉਣ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਜਗਬਾਣੀ ਟੀਵੀ ਲਈ AH ਟੋਡੇ ਦੀ ਰਿਪੋਰਟ।